ਵਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਾ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਹਮੇਸ਼ਾ ਹੀ ਲਗਾਅ ਰਿਹਾ ਹੈ ਕਿਉਂਕਿ ਹਵਾਈ ਅੱਡਾ ਪੰਜਾਬ ਦੇ ਵੱਡੇ ਹਿੱਸੇ ਦੇ ਯਾਤਰੀਆਂ ਦੇ ਲਈ ਕਾਫੀ ਲਾਹੇਵੰਦ ਹੈ ਭਾਈਚਾਰੇ ਦੀ ਹਮੇਸ਼ਾ ਮੰਗ ਰਹੀ ਹੈ ਕਿ ਇਸ ਹਵਾਈ ਅੱਡੇ ਨੂੰ ਹੋਰਨਾਂ ਸ਼ਹਿਰਾਂ ਦੇ ਨਾਲ ਜੋੜਨ ਦੇ ਲਈ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਜਾਵੇ ਇਸ ਲਈ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਦੇ ਸਮੇਪ ਸਿੰਘ ਗੁੰਮਟਾਲਾ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਟਰਾਂਸਪੋਰਟ ਮਨਿਸਟਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲੋਂ ਇਹ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਇਸ ਸਹਾਈ ਅੱਡੇ ਦੇ ਨਾਲ বাস ਸੇਵਾ ਨੂੰ ਜੋੜਿਆ ਜਾਵੇ ਤਾਂ ਜੋ ਯਾਤਰੀਆਂ ਲਈ ਆਵਾਜਾਈ ਆਸਾਨ ਹੋ ਸਕੇ ਕੋਈ ਵੀ 에어ਪੋਰਟ ਹੋਵੇ ਭਾਰਤ ਦੇ ਜਿੰਨੇ ਅੰਤਰਰਾਸ਼ਟਰੀ ਵਾਈ ਅੱਡੇ ਨੇ ਉਹ বাস ਸਰਵਿਸ ਨਾਲ ਕਨੈਕਟਡ ਨੇ ਦੂਜੇ ਸ਼ਹਿਰਾਂ ਨੂੰ ਵੀ ਤੇ ਉਸ ਸ਼ਹਿਰ ਨੂੰ ਵੀ ਸੋ ਸਾਡੀ ਇਹ ਮੰਗ ਹੈ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਵੀ ਕਿ ਉਹ ਇਸ ਵਾਰ ਖਾਸ ਧਿਆਨ ਦੇਣ ਤੇ ਪੰਜਾਬ ਦੇ ਦੂਜੇ ਸ਼ਹਿਰਾਂ ਤੋਂ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ ਜਿੰਨੇ ਵੀ ਹੋਰ ਸ਼ਹਿਰ ਨੇ ਵੱਡੇ-ਵੱਡੇ ਉਹਨਾਂ ਤੋਂ ਵੀ ਜਿਹੜੀ ਬੱਸ ਐ ਸਿੱਧੀ ਹਵਾਈ ਅੜੇ ਨੂੰ ਚਲਾਈ ਜਾਵੇ ਸਪੈਸ਼ਲ ਏਸੀ ਬੱਸਾਂ ਜਿਹੜੀਆਂ ਨੇ ਉਹ ਰਸਤੇ ਵਿੱਚ ਕੋਈ ਯਾਤਰੀ ਸਟਾਪ ਕਰਕੇ ਵੀ ਪਿਕ ਕਰ ਸਕਦੀਆਂ ਨੇ ਸੋ ਅਸੀਂ ਖਾਸ ਕਰਕੇ ਵਿਦੇਸ਼ ਤੋਂ ਇਹ ਬਹੁਤ ਇੱਕ ਖੁਸ਼ੀ ਵਾਲੀ ਗੱਲ ਸੀ ਵੈਲਕਮ ਸਟੈਪਸ ਸੀ ਪ੍ਰਸ਼ਾਸਨ ਦਾ ਕਿ ਇਹ ਜਿਹੜੀ ਬਾਤ ਸ਼ੁਰੂ ਹੋਈ ਸੀ ਤਾਂ ਜੋ ਲੋਕ ਆਰਾਮ ਨਾਲ 에어ਪੋਰਟ ਤੋਂ ਆਪਣੇ ਸ਼ਹਿਰ ਵੱਲ ਨੂੰ ਵੀ ਜਾ ਸਕਣ ਪਰ ਨਾਲ ਦੀ ਨਾਲ ਸਾਨੂੰ ਲੋੜ ਹੈ ਕਿ ਇਸ 에어ਪੋਰਟ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮੋਟ ਵੀ ਕੀਤਾ ਜਾਵੇ ਤਾਂ ਜੋ ਦੂਜੇ ਸ਼ਹਿਰਾਂ ਤੋਂ ਲੋਕ ਆ ਕੇ ਜਿਸ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਏਗਾ ਤੇ 에어ਲਾਈਨਸ ਨੂੰ ਵੀ ਪਤਾ ਲੱਗੇਗਾ ਕਿ ਇੱਥੇ ਬੱਸ ਸਰਵਿਸ ਵੀ ਆਉਂਦੀ ਹੈ ਤੇ ਉਹਨਾਂ ਨੂੰ ਵੀ ਕਾਫੀ ਜੜੀਆਂ ਨੇ ਸਵਾਰੀਆਂ ਦੀ ਗਿਣਤੀ ਵਧਨ ਦਾ ਵਧਨ ਦੀ ਆਸ ਵੀ ਰਹੇਗੀ ਸੋ ਸਾਡੀ ਫਿਰ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜਿਹੜੀ ਬੱਸ ਸੇਵਾ ਵਾ ਉਹ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ ਇਹ ਜੜੀਆਂ ਬੱਸਾਂ ਸ਼ੁਰੂ ਕੀਤੀਆਂ ਗਈਆਂ ਸਨ ਇਸ ਦਾ ਕਿਰਾਇਆ ਸਿਰਫ 15 ਰੁਪਏ ਸੀ ਤੇ ਇਹ ਕਾਰਨ ਸੀ ਕਿ ਲੋਕਾਂ ਵੱਲੋਂ ਇਹ ਬਹੁਤ ਹੀ ਪਸੰਦ ਕੀਤੀ ਗਈ ਹਾਲੇ ਵੀ ਸੋਸ਼ਲ ਮੀਡੀਆ ਤੇ ਬਹੁਤ ਲੋਕ ਇਹ ਗੱਲ ਕਰ ਰਹੇ ਨੇ ਕਿ ਸਾਨੂੰ ਜਿਹੜੀ ਇਹ ਸਰਕਾਰੀ バス ਸੇਵਾ ਜਿਹੜੀ ਜਿਹੜਾ ਕਿ ਜਿਹੜੀ ਪੰਜਾਬ ਦੇ ਹੋ ਨਵੇਂ ਮੰਤਰੀ ਬਣੇ ਨੇ ਉਹਨਾਂ ਨੇ ਵੀ ਖਿਆਵਾ ਕਿ ਮੈਂ ਸਾਰੇ ਘੱਟ ਦਰਾਂ ਤੇ ਜਿਹੜਾ ਕਿ ਅਫੋਰਡੇਬਲ ਪ੍ਰਾਈਸਸ ਤੇ ਹੋਵੇ ਉਹ ਤੁਹਾਨੂੰ ਮੈਂ ਪਬਲਿਕ ਟਰਾਂਸਪੋਰਟ ਮੁਹੱਈਆ ਕਰਵਾਵਾਂਗੇ ਸਾਡੀ ਇਹ ਮੰਗ ਹੈ ਕਿ ਕੁਝ ਮਿੰਨੀ ਬੱਸ ਆਪਰੇਟਰਾਂ ਦੇ ਧਰਨੇ ਤੋਂ ਬਾਅਦ ਇਸ ਤਰ੍ਹਾਂ ਇਹਨਾਂ ਨੂੰ ਬੰਦ ਕਰਨਾ ਆ ਠੀਕ ਨਹੀਂ ਹੈ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਭਾਵੇਂ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਮੇਅਰ ਕਮਿਸ਼ਨਰ ਤੇ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਤੇ ਜਾਂ ਟਰਾਂਸਪੋਰਟ ਮੰਤਰੀ ਵੀ ਨੇ ਉਹਨਾਂ ਨੂੰ ਆਪਣੀ ਇੰਟਰਵੈਂਸ਼ਨ ਕਰਕੇ ਦੂਜੇ ਸ਼ਹਿਰਾਂ ਤੋਂ ਵੀ ਜਿਹੜੀਆਂ ਨੇ ਬੱਸਾਂ ਸ਼ੁਰੂ ਕਰਵਾਉਣੀਆਂ ਚਾਹੀਦੀਆਂ ਨੇ ਇਹ ਉਮੀਦ ਹੈ ਕਿ ਇਹ ਜਿਹੜੀ ਮੰਗ ਸਾਡੀ ਜਲਦੀ ਪੂਰੀ ਹੋਏਗੀ ਤਾਂ ਜੋ ਲੋਕਾਂ ਨੂੰ ਇਹ ਵੱਡੀ ਸਹੂਲਤ ਮਿਲ ਸਕੇ